आकाशवाणी जमूए बडला खबर नु तदा स्वागत पहले खास खास खबरें करनी मैं जगमून शर्मा ਪੁੰਛੇ ਜਵਜ ਫੌਜ ਦੇ ਇੱਕ ਜੀਐਸਓ ਸਨੇ ਦੋਂ ਸੈਨਿਕ ਸ਼ੀਦ ਸਿ ਨਗਰ ਤੇ ਪੁਲਵਾਮਾ ਚ ਆਤੰਕਵਾਦੀਆਂ ਦੋਂ ਗੈਰ ਮਕਾਮੀ ਸ਼ਮਕੀ ਦੀ ਗੋਲੀ ਮਾਰੀ ਹੱਤਿਆ ਕਰ ਦਿੱਤੀ ਹੈ ਲੈਫਟਨ ਗਵਰਨਰ ਮਨੋਜ ਸਿਨੌਰ ਯਾਂਖੇ ਜੇ ਸਰਕਾਰ ਸ਼ਹਿਰ ਦੇ ਨਵੀਕਰਨ ਲਈ ਵਚਨ ਬੱਧ ਹੈ ਜਿਹੜਾ ਕੇਂਦ ਸ਼ਾਸਿਤ ਪ੍ਰਦੇਸ਼ ਮੁਕਸ਼ੀਰ ਦੇ ਬਸਨੀ ਕੀ ਦੀਆਂ ਸੇ ਤਾਂਗ ਗਈ ਦਰਸ਼ਾਂਦਾ ਹੋਗ ਜੰਮੂ ਖਿੱਤੇ ਦੀ ਸੈਲਫ ਸਫਾ ਸਰਬੰਦੀ ਸਮਰਥਤਾ ਪੂਰਾ ਪੂਰਾ ਫਾਇਦਾ ਠਵਾਣੇ ਦਾ ਮਕਸਦ ਕਰਨੇ ਆਉਂਦੀ 3 ਅਕਤੂਬਰ თਮਾ ਆਈਕੋਨਿਕ ਵੀਕ ਫੈਸਟੀਵਲ ਦਾ ਆਯੋਜਨ ਕੀਤਾ ਜਾਗ ਤੇ ਮੁਖ ਸਚੀਵ ਡਾਕਟਰ अरुण कुमार महतोरे प्रदेशstdc खाने सरबंदी गतिविधियों ਦਾ ਜਾਇਜ਼ਾ ਲੈਂਤਾ ਤਾਂ ਜੋ Jammu Kashmir ਚ ਨਿਰਮਾਨ ਕੰਮ ਵਿੱਚ ਵਰਤੋਣਯਾ ਲ ਸਮਾਨ ਵਾਜਬ ਪਾਇਓ ਪਰ ਉਪਲਬਧ ਕਰਵਾਣਾ ਯਕੀਨੀ ਬਣਿ ਸਕੇ ਉਹਨੇ ਸ਼ਿਕਾਇਤਾਂ ਦੇ ਨੋਬੇ ਲਈ ਹੈਲਪਲਾਈਨ ਨੰਬਰ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਖਬਰ ਦੀ ਤਫਸੀਲ ਕੋਲਾ ਪਹਿਲੇ ਇੱਕ ਅਪੀਲ ਭਾਰਤ ਹੁੰ ਜਿਸਲੇ ਕੋਵਿਡ-19 तमाम ਬਚਾ ਲੇ 100 ਕਰੋੜ ਟੀਕੇ ਲਾਣੇ ਦੀ ਪੜਾ ਪਰ ਪੁੱਜਨੇ ਆਲਾ ਹੈ ਤਾਂ ਆਕਾਸ਼ਵਾਣੀ ਇਸ ਕੰਮ ਹੈ ਕੀ ممکن ਬਣਾਉਣੇ ਆਲੇ ਸਭ ਨੇ ਲੋਕ ਕੇ ਡਾਕਟਰ ਨੇਰਸ ਤੇ ਉਹਨੇ सबने लोकेंगी नमन करता है एदे करने के एस अपने श्रोताएं सौगे करने कोविड खिलाफ लड़ाई अजें मुक्की दी नहीं है अस ओकड़े श्रोताएं जिने अजें पूरी चाली टीके नहीं लोन अपील करने आ जो तौले शा तौले टीका लोई लैन ते टीका लवाने लोने दुए लोग भी मदद करन। कर त्याने रूत दौरान मेहरबानी करिए ने त्रों सखल उपाय दी पालमा करते रवो मुंह पर मास्क पाओ समाजी छिंडे गौ गज की दूरी रखो हाथ ते मुंह की साफ सुथरा रखने पर चेचा ध्यान कोविड बारे कोई जानकारी ते मार्गदर्शन ਇਨਫੋਰਮੇਸ਼ਨ ਲੈਣ ਲਈ ਤੁਸੀਂ ਰਾਸ਼ਟਰੀ ਹੈਲਪਲਾਈਨ ਨੰਬਰ ਪਰ ਸੰਪਰਕ ਕਰ ਸਕਦੇ ਹੋ ਨੰਬਰ ਨ 0112398046 ਤੇ ਦੂਆ ਨੰਬਰ ਹੈ 1075 ਤੇ ਹੁਣ ਖਬਰਾਂ ਦੀ ਤਫਸੀਲ ਕਰਨੇ ਵਿਜੇ ਬਜਾਜ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪੁੰਚ ਜ਼ਿਲ੍ਹੇ ਦੀ ਮੇਂਡਰ ਸਬ ਡਿਵੀਜ਼ਨ 8 ਪਾਉਣੀ ਵਾਲੇ ਨਾਰ ਖਾਸ ਜੰਗਲਾਂ 'ਚ ਫੌਜ ਪਾਸਿਆਂ ਜੰਮੂ ਕਸ਼ਮੀਰ ਪੁਲਿਸ ਦੇ ਕੰਨੇ ਰਲੀਏ ਚਲਾਏ ਗਏ ਦੇ ਤਪਾਸ਼ੀ ਅਭਿਆਨ ਦੇ ਦੌਰਾਨ ਫੌਜ ਦੇ ਇੱਕ ਜੀਸੀਓ ਸਨ ਕੁੱਲ 2 ਜਵਾਨ ਸ਼ਹੀਦ ਹੋਏ ਕੇਨ ਸੀ ਤੋਂ ਇਹ ਦੋ ਨਿਜਵਾਨ ਜੰਮੂ ਪੁញਛ ਰਾਸ਼ਟਰੀ ਜਰਨਲਿਸਟ ਕਾ ਦੇ ਕੰਨੇ ਲਗਦੇ ਭਾਟਾ ਦੂਰੀਆਂ ਵਾਲੇ ਜੰਗਲੀ ਇਲਾਕੇ ਚ ਛੱਪੇ ਦੇ ਅਤੰਕਵਾਦੀਆਂ ਦੇ ਸਫਾਇਆ ਹਾਸਤੇ ਸੁਰੱਖਿਆ ਬਲਾਂ ਪਾਸੇ ਅਚਲਾਈ ਕੀਤੇ ਪਾਸ਼ੀ ਅਭਿਆਨ ਨੇ ਸ਼ਾਮਲ ਹੈ ਇਦਿਸ਼ਾ ਪਹਿਲੇ ਵੀਰਵਾਰੀ ਸੰਨੀਆਂ ਅਤੰਕਵਾਦੀਆਂ ਕੰਨੇ ਹੋਏ ਟੱਕਰੇ ਪ੍ਰੰਤ ਸੂਬੇਦਾਰ ਅਜੀਤ ਸਿੰਘ ਤੇ ਨਾਇਕ ਹਰਿੰਦਰ ਸਿੰਘ ਹੁੰਦੇ ਕੰਨੇ ਸੰਪਰਕ ਤ੍ਰੁੱਟੀ ਗਿਆ आतंकवादियों ਦਾ ਸਫਾਇਆ ਕਰਨੇ ਤੇ ਲਾਪਤਾ ਹੋਏ ਦੇ ਜਵਾਨੇ ਕੰਨੇ ਸੰਪਰਕ ਪਰਤੀ ਸਥਾਪਿਤ ਕਰਨ ਦੇ ਮਕਸਦ ਕਰਨੇ ਸੁਰੱਖਿਆ ਬਲਿੰ ਪਾਸੀਆਂ ਲਗਾਤਾਰ ਅਭਿਆਨ ਚਲਾਏ ਜਾਕਰ ਦੇਗੇ ਪਰ ਜੰਦੀਸਨਿਆ ਸੂਬੇਦਾਰ ਅਜੇ ਸਿੰਘ ਤੇ ਨਾਇਕ ਹਰਿੰਦਰ ਸਿੰਘ ਹੁੰਦੇ ਸ਼ਫ ਬਰਾਮਦ ਕੀਤੇ ਗੇਨ ਇਲਾਕੇ ਚ ਸੁਰੱਖਿਆ ਬਲਿੰਦਾ ਅਭਿਆਨ ਅਜੇ ਜਾਰੀ ਹੈ ਦਕਨੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੇਸ਼ਰਨਗਰ ਚ ਕੱਲ ਚਿਰੇਸਨੀਆਂ ਅਤੰਕਵਾਦੀਆਂ ਦੋਂ ਗੈਰ ਮੁਕਾਮੀ ਸ਼ਰਮਕਿੰਦੀ ਗੋਲੀ ਮਾਰੀ ਐ ਅਤਿਆਕਾਰ ਦਿੱਤੀ ਪੁਲਿਸਾ ਮੁਜਬ ਸ਼ਰਮਕਿੰਦੀ ਪਛਾਣ ਬਾਂਕਾ ਬਿਹਾਰ ਦੇ ਰਾਉਣੀ ਵਾਲੇ ਅਰਵਿੰਦ ਕੁਮਾਰ ਸ਼ਾ ਤੇ ਉੱਤਰ ਪ੍ਰਦੇਸ਼ ਦਰਾਉਣੀ ਵਾਲੇ ਸਾਗੀਰ ਅਹਿਮਦ ਦੇ ਤੌਰ ਉਪਰ ਕੀਤੀ ਗਈ ਹੈ ਅਮਲੇਦਰਾਨ ਇੱਕ ਗੰਭੀਰ ਤੌਰ ਉਪਰ ਜ਼ਖਮੀ ਹੋਏ ਤੇ ਮਗਰਾ ਜ਼ਖਮੇ ਦੀ ਪੀੜ ਨਹੀਂ ਚਰਦੀ ਹੋਈ ਇਹਨਾਂ ਦਾ ਮਤ ਤੋੜੀ ਦਿੱਤਾ ਤੋਂ ਅਹੀਂ ਸੁਰੱਖਿਆ ਬਲੇ ਅਮਲੀਆਲੀ ਥਾਰੇ ਦੀ ਕੇ ਰਬੰਦੀ ਕਰੀ ਹੈ ਅਤੰਕਵਾਦੀਆਂ ਦੇ ਤਰਫ ਫਕੜ ਲਈ ਵੱਡੇ ਪੇਮਾਨੇ ਉਪਰ ਅਭਿਆਨ ਚਲਾਇਆ ਧਾ लेफ्टिनेंट गवर्नर मनोज सिन्हा ने एक बार फिर यह आकेएं कि सरकार जम्मू कश्मीर के लोक के दीए आसे तांगे मुजब शहरें नगरें च बेहतर कोला बेहतर सुविधा सुल्ता उपलब्ध करवाई है नमे सरया जान पर न्यास्ते वचन पत्र है ओ कलस्ट्र नगर च शहरी सुधार सरबंदी महत्वपूर्ण परियोजना की लोक के दे निमित लाने मगर उन्हें की संबोधित करा करते है ਉਨੇ ਆਖਿਆ ਜੇ ਅੰਮ੍ਰਿਤ ਸਕੀਮ ਦੇ ਤਹਿਤ ਕਈ ਸਾਰੀ ਪ੍ਰਯੋਜਨਾ ਦਾ ਉਦਘਾਟਨ ਕੀਤਾ ਗਿਆ ਤੇ ਸ਼ਟਰਨਗਰ ਸਮਾਰਟ ਸਿਟੀ ਪ੍ਰਯੋਜਨਾ ਦੀ ਮਦਦ ਕਰਨ ਸਮਾਜ ਦੀ ਆਰਥਿਕ ਵਿਕਾਸ ਲੋਕਾਂ ਲਈ ਕਰੇ ਕਸ਼ ਬਿਹਤਰ ਸੁਵਿਧਾ ਤੇ ਕੰਮ ਰੋਜ਼ਗਾਰ ਤੇ ਵੀ ਨਵੇਂ-ਨਵੇਂ ਮੌਕੇ ਪੈਦਾ ਉਗਣ ਜਮ ਕਸ਼ਮੀਰ ਚ ਸੇਤ ਦਿਖਪਾਲ ਤੇ ਨਰੋਇਪਨ ਸਰਬੰਦੀ ਸੈਲਸਫਾ 기 ਬੜਾਵਾ ਦੇਣ ਦੇ ਮਕਸਦ ਕਰਨਾ ਰਾਸ਼ਟਰੀ ਆਯੂਸ਼ ਮਿਸ਼ਨ ਦੇ ਤਹਿਤ 6 ਵਿਸ਼ੇਸ਼ ਵੈਲਨੈਸ ਸੈਂਟਰ ਕਾਇਮ ਕੀਤੇ ਜਾਕਰ ਦੇਨ ਇਸ ਸਰਬੰਧ ਚ ਸਿਹਤ ਤੇ ਮੈਡੀਕਲ ਸਿੱਖਿਆ ਮਹਿਕਮੇ ਦੇ ਅਤਿਰਿਕਤ ਪ੍ਰਧਾਨ ਸਚਿਵ ਵਿਵੇਕ ਭਰਦਵਾਜੋ ਨੇ ਜੰਮੂ ਤੇ ਕਸ਼ਮੀਰ ਪ੍ਰਾਂਤਾਂ ਦੇ ਬੱਕਬੱਕ ਜ਼ਿਲ੍ਹੇ ਚ ਸੈਲਸਫਾ ਲੀਨ ਕਿਸ਼ਥਾਰੇ ਪਰ ਆਯੂਸ਼ ਸਿਹਤ ਦਿਖਪਾਲ ਕੇਂਦਰ Nghi ਚਾਲੂ ਕਰਵਾਇਆ ਇਸ ਅਸ਼੍ਰੰਖਲਾ ਦੇ ਤਹਿਤ ਆਯੂਸ਼ ਨਿਰਦੇਸ਼ਾਲਾ ਜੰਮੂ ਕਸ਼ਮੀਰ ਨੇ ਐਲਪਾਈਨ ਹੋਟਲ ਕਾਸ਼ ਖੁੱਲੇ ਮੈਦਾਨ ਚ ਯੋਗ ਤੇ ਧਿਆਨ ਦੇ ਸ਼ਿਵਰ ਦੀ ਸ਼ੁਰੂਆਤ ਕੀਤੀ ਹੈ ਜਿਤੇ ਚ ਕੋਈ 150 ਲੋਕਾਂ ਦੀ ਸਲਤ ਜਿੰਦੇ ਚ ਨੌਜਵਾਨ ਬਜ਼ੁਰਗ ਤੇ ਮਹਿਲਾ ਵੀ ਸ਼ਾਮਲ ਹੋਈਆਂ ਜੰਮੂ ਕਸ਼ਮੀਰ ਚ ਕੱਲ ਕਰੋਨਾ ਵਾਇਰਸ ਦੇ 82 ਨਵੇਂ ਮਾਮਲੇ ਸਾਹਮਣੇ ਆਏ ਜਿੰਦੇ ਚਾ 15 ਮਾਮਲੇ ਜੰਮੂ ਡਿਵੀਜ਼ਨ ਤੇ 67 ਮਾਮਲੇ ਕਸ਼ਮੀਰ ਕਾਟੀ ਥਮਾ ਦਰਜ ਕੀਤੇ ਗਏ ਇਹਨੇ ਨਵੇਂ ਮਾਮਲਿਆਂ ਕੇ ਰਲਾਈ ਕੇ ਕੇਂਦਰ ਸਿਆਸਤ ਪ੍ਰਦੇਸ਼ ਚ ਕਰੋਨਾ ਵਾਇਰਸ ਤੇ ਅਜੇ ਤੋੜੀ ਸਾਹਮਣੇ ਆਏ ਦੇ ਕੁੱਲ ਮਾਮਲਿਆਂ ਦੀ ਗਿਣਤਰੀ ਵਧੀ ਕੇ 33967 ਹੋ ਗਈ ਹੈ ਉਹਾ ਕੱਲ ਔਰ 122 ਕਰੋਨਾ ਕਸਰੀਆਂ ਕੀ ਨਰੋਇਓ ਨੇ ਪਰ ਜੰਮੂ ਕਸ਼ਮੀਰ ਦੇ ਬਖ ਬਖ ਹਸਪਤਾਲ ਨੇ ਥਮਾ ਛੁੱਟੀ ਥੋਈ ਗਈ ਜਿੰਦੇ ਚਾ 50 ਜਨੇ ਜੰਮੂ ਦੇ ਤੇ 72 ਜਨੇ ਕਸ਼ਮੀਰ ਕਾਟੀ ਥਮਾਨ ਭਾਰਤ ਦੀ ਆਜ਼ਾਦੀ ਦਾ 75ਵਾਂ ਬਰਾ ਸ਼ੁਰੂ ਹੋਣ ਦੇ سلسلے 'ਚ ਆਕਾਸ਼ਵਾਣੀ ਜੰਮੂ ਦਾ ਖੇਤਰੀ ਸਮਾਚਾਰ ਇਕਾਂਸ਼ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕਰਨ ਹੈ ਜੰਦੀ 9 ਅਗਸਤ 2021 ਥਮਾ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਦੇ ਤਹਿਤ ਅਰ ਸੋਮਵਾਰੇ ਬਡਲੇ 9 ਬੀ ਵਾਲੇ ਡੋਗਰੀ ਬੁਲਟਨ ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ ਸ਼੍ਰੋਤਾ ਸਾਡੀ ਈਮੇਲ ਐਡਰੈਸ india75quiz@gmail.com ਉਪਰ ਭੇਜੀ ਸਕਦੇ ਨੇ ਸਭਨੇ ਸ਼ਹਿ ਪਹਿਲੇ ਜਵਾਬ ਪੇਜ ਨੇਲੇ ਤ੍ਰੈਸ਼ ਸ਼੍ਰੋਤਾਇਂ ਕੀ ਜੇਤੂ ਕੋਸ਼ਿਸ਼ ਕੀਤਾ ਜਾਂਦਾ ਹੈ ਤੇ ਉਹਦੇ ਨਾਂ ਦਾ ਐਲਾਨ ਅਗਲੇ ਰੋਜ਼ ਮੰਗਲਵਾਰ ਬੱਢਲੇ ਵਾਲੇ ਡੋਗਰੀ ਪੁਲਟਨ ਚ ਕੀਤਾ ਜਾਂਦਾ ਹੈ ਸ਼੍ਰੋਤਾਇਂ ਅੱਗੇ ਅਪੀਲ ਹੈ ਜਿਓ ਜਵਾਬ ਦੇ ਕੰਨੇ ਆਪਣਾ ਪੂਰਾ ਪਤਾ ਵੀ ਲਿਖਨ ਤਾਂਜੇ ਜੇਤੂਏ ਕੀ ਸਰਟੀਫਿਕੇਟ ਡਾਕਾ ਰਾਹੀਂ ਉਹਦੇ ਘਰੇ ਤੱਕ ਰਪਜਾਈ ਜਾ ਸਕਨ ਜਿਨੇ ਸ਼੍ਰੋਤਾਇਂ ਕੀ ਇਹ ਸਰਟੀਫਿਕੇਟ ਥੁਆ ਕਰਦਿਨ ਉਹ ਇਸ ਸਰਟੀਫਿਕੇਟ ਕੰਨੇ ਆਪਣੀ ਇੱਕ ਸੈਲਫੀ ਖਿੱਚੀਏ ਅਸਾਂ ਕੀ ਇਸੇ ਈਮੇਲ ਪਤੇ ਪਰ ਭੇਜਨ ਤਾਂਜੇ ਆਸ ਉਹਨੇ ਕੀ ਆਪਣੇ ਸੋਸ਼ਲ ਮੀਡੀਆ ਮੰਚੇ ਉਪਰ ਪੋਸਟ ਕਰੀ ਸਕਚਾ

शुक्रिया विजय जम्मू के डिविजनल कमिश्नर डॉ राघव लंगर हो कल सब्ने जिला विकास कमिश्नर संबंधित कमीश्नरेंबंधित तो महकमें अध्यक्षें दी एक बैठक च आजादी का अमृत महोत्सव इंडिया एट सेवेंटी समारोह के सिद्ध तौरा पर मनाए जाने वाले प्रतिष्ठित सप्ताह उत्सवें गै तैयारियों का जायजा ला जम्मू कश्मीर सरकार सक सिलसिले में त्री अक्तूबर को ले नत्ती अक्तूबर तोड़ी विशेष समारोह समारोहें सरिस्ता करने का फैसला बारे आम प्रशासनिक विभाग आसैया ऑर्डर पहले जारी कर इस पहल का मकसद जम्मू कश्मीर आर्थिक सैलसफा गतिविधियों की बढ़ावा देना है नीति आयोग के सीईओ अमिताभ कांत तो कल दक्षिणी कश्मीर के अनंतनाग जिले पहलगाम आली सैलानी थारा पर दौरा किया जम्मू कश्मीर के सैलसफा विभाग के अधिकारियों कलब करते कर हुए उन्होंने आ केन्द्र शासित प्रदेश च सैलसफा की बढ़ावा देने विभाग की लड़ता है जो फिल्म उद्योग की इथे फिल्में वगैरह की शूटिंग लिए सदने के कोक सैलसफा के प्रचार ले, सोशल मीडिया का इस्तेमाल करे ते सैलसफा खेतर के गी अपने तजुर्बे सांजे करने ले आउने दा साधा दे उन्हें सैलसफा महकमे महकमें कमें सराहना की उन्द्र सरकार की तरफा पूरे सहयोग का भरोसा दवाया मुख सचिव डॉ अरुण कुमार मेहता हो प्रदेश च खानेबंधी गतिविधियों का जायजा लैने कल एक मीटिंग लाई तांजे जम्मू कश्मीर च निर्माण कमें बरतोने आला समान वाजिब भाए पर उपलब्ध कराना यकीनी बनाया जाई मुख सचिव अधिकार निर्देश दिता जे दिता नीलामी आलिए खाने दे पंजीकरण दी प्रक्रिया तौले शा तौले पूरी निर्माण निर्माणी समान दी सप्लाई चादे के कोक सबने जिलों च इंदे भा भी वाजिब डॉ खाने है ਦੀ ਮੈਕਮੇ ਕੀ ਆਖਿਆ ਜਿਉ ਸ਼ਿਕਾਇਤਾਂ ਦੇ ਨਬੇੜੇ ਵਾਲੇ ਸਮਰਪਿਤ ਹੈਲਪਲਾਈਨ ਨੰਬਰ ਸਥਾਪਿਤ ਕਰਨ ਤੇ ਜ਼ਿਲੇ ਸਾਪੇ ਨਿਰਮਾਣ ਸਮੱਗਰੀ ਦੇ ਪਾਇਪਰ ਤਾਕੀ ਰੱਖਣ ਤੇ ਮਤਾ ਮੁੱਲ ਵਸੂਲਣ ਵਾਲੇ ਖਿਲਾਫ ਸਖਤ ਕਾਰਵਾਈ ਯਕੀਨੀ ਬਣਾਣ स्वच्छ भारत कार्यक्रम के तहत रामबन जिला प्रशासन ने स्वच्छता अभियान चेजी ली है स्वच्छता ही सेवा आए नारे की बढ़ावा देने ते के अंदर इस भावना की विकसित करने ले जिला प्रशासन ने एक महीने का विशेष अभियान शुरू किया है अलावा जिले च युवा सेवाएं ते खेड्डे सबंधी महकमें पास भी खारी शिक्षा जोन च एक अभियान चलाया गया इदे शामिल एमिले इलाके चा मोमी लफाफे प्लाटिक दिया बोतलों और दुआ समय चुक्या लोकें भी अपने आले दुआले साफ सफाई बनाए रखने पर जोर ਉਤਤ ਇਹਦੇ ਇਲਾਵਾ ਦੁਕਾਨਦਾਰਾਂ ਤੇ ਰੇੜੀ ਫੜੀ ਆਲਣਗੇ ਵੀ ਮੂਮਲ ਲਫਾਫੇ ਦੇ ਇਸਤੇਮਾਲ ਦੇ ਮਾੜੇ ਅਸਰ ਬਾਰੇ ਜਾਣਕਾਰੀ ਦਿੱਤੀ ਗਈ कानूनी सेवाएं सरबन्दी जिला प्राधिकरण रियासी आशिया सरकारी आर्ट सेकेंडरी स्कूल पौनी दे सहयोग करने कल रैगिंग مخالف कानूने दे बारे च जागरूकता पैदा करने ले एक कैंप लगाया गया इस जागरूकता कैंप दा सरिस्ता मुल्क भर विच चला कर दे जागरूकता अभियान दे तहत कीता गया जिते ले जम्मू कश्मीर कानूनी सेवा प्राधिकरण पास या एक कार्य योजना ਜਾਰੀ ਕੀਤੀ ਗਈ ਹੈ ਇਸ ਕੈਂਪ ਦੌਰਾਨ ਮਾਹਿਰਾਂ ਕਾਲਜਾਂ ਯੂਨੀਵਰਸਿਟੀਆਂ ਤੇ ਹੋਰ ਨੇ ਸ਼ੈਕਸ਼ਨਿਕ ਤੇ ਵਿਵਸਾਇਕ ਇਦਾਰੇ ਚ ਉਹਨੇ ਵਾਲੀ ਰੈਗਿੰਗ ਖਿਲਾਫ ਬਣਾਏ ਗਏ ਦੇ ਕਾਨੂੰਨੇ ਤੇ ਵਿਵਸਥਾਵਾਂ ਦੇ ਬਾਰੇ ਜਾਣਕਾਰੀ ਦਿੱਤੀ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਅੱਜ ਇਹਦੇ ਬਾਰੇ ਕੋਈ ਵੀ ਜਾਣਕਾਰੀ ਜਾਂ ਸ਼ਿਕਾਇਤ ਦਰਜ ਕਰਨ ਲਈ ਹੈਲਪਲਾਈਨ ਨੰਬਰ 1800150522 ਪਰ ਜਾਂ ਫਿਰ ਵੈਬਸਾਈਟ www.antiragging.in ਉਪਰ ਸੰਪਰਕ ਕੀਤਾ ਜਾ ਸਕਦਾ ਹੈ जम्मू जमू चुबे तौर पर बदल घनोए दिरोंगन ते गरज चमक करने एक या दो वरी बरखा भी बरी सकती है जम्मू जमू बडलैट तापमान भी डिग्री सेल्सियस रिकॉर्ड किया गया जल्ले के अज दिन बद्दोब तापमान पैंती डिग्री सेल्सियस तकर सकता है तुं श्रीनगर अरज चमक बरी सकती है लेच आम तौर पर बददल घनोए रोडन हौली बरखाने है ਪੁੰਚ ਚ ਪਹੁੰਚਦੀ ਕਿ ਜੀ ਸੀਐਸ ਨੇ ਦੋਂ ਸੇ ਅਨਿਕਸ਼ੀਤ ਸ਼ਰਨਗਰ ਤੇ ਪੁਲਵਾਮਾ ਚ ਆਤੰਕਵਾਦੀਏ ਦੋਂ ਗੈਰ ਮੁਕਾਮਿਸ਼ਰਮੇਂ ਕੇਂਦੀ ਗੋਲੀ ਮਾਰੀਆ ਹੱਤਿਆ ਕਰ ਦਿੱਤੀ ਹੈ ਲੈਫਟੇਨੈਂਟ ਗਵਰਨਰ ਮਨੋਤ ਸੇਨਾ ਉਰ ਯਾਂਖਿਆ ਜੇ ਸਰਕਾਰ ਸ਼ਹਿਰ ਦੇ ਨਵੀਕਰਨ ਲਈ ਵਚਨਬੱਧ ਹੈ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਸਨੀ ਕੇਂਦੀਆਂ ਆਸੇ ਤਾਂਗੇਂਗੇ ਦਰਸ਼ਾਂਦਾ ਹੋਗ ਤੇ ਜੰਮੂ ਖਿੱਤੇ ਦੀ ਸੈਲਸਫਾ ਸਰਬੰਧੀ ਸਮਰਥ ਦਾ ਪੂਰਾ ਪੂਰਾ ਫਾਇਦਾ ਠਵਾਣੇ ਦੇ ਮਕਸਦ ਕਰਨ ਹੈ ਆਉਂਦੀ 3 ਤਰੀਕ ਟੁਬਰ ਮਾ ਆਈਕੋਨਿਕ ਵੀਕ ਫੈਸਟੀਵਲ ਦਾ ਆਯੋਜਨ ਕੀਤਾ ਜਾਗ ਇਤੇ ਕੰਨੇ ਗਿਆ ਖ Thank <laughs> you.